ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ ਜੀ। ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਸਵਾਗਤ ਹੈ ਤੁਹਾਡਾ ਮੇਰੀ ਨਵੀਂ ਵੀਡੀਓ ਦੇ ਵਿੱਚ। ਮੈਂ ਤੁਹਾਡਾ ਆਪਣਾ ਦੋਸਤ ਅਰਸ਼ਦੀਪ, ਅਤੇ ਸ਼ੁਰੂ ਕਰਦੇ ਹਾਂ ਅੱਜ ਦੀ ਵੀਡੀਓ। ਅੱਜ ਇੱਕ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ, ਸਰਪ੍ਰਾਈਜ਼ ਮਿਲਣ ਜਾ ਰਿਹਾ, ਅਤੇ ਬਾਕੀ ਹਜੇ ਇੰਨਾ ਨਹੀਂ ਕਨਫਰਮ ਆ ਕਿ ਅੱਜ ਮਿਲੂਗਾ ਕਿ ਕੱਲ੍ਹ ਮਿਲੂਗਾ। ਅੱਜ ਹੈਗਾ ਸ਼ਨੀਵਾਰ, ਕੱਲ੍ਹ ਨੂੰ ਹੈਗਾ ਐਤਵਾਰ, ਠੀਕ ਹੈ ਜੀ। ਅਤੇ ਗੱਲਬਾਤ ਚੱਲ ਰਹੀ ਆ, ਮੈਂ ਤੁਹਾਨੂੰ ਦੱਸਦਾ ਹਾਂ ਜੀ, ਆਪਾਂ ਲੈਣ ਜਾ ਰਹੇ ਹਾਂ ਸ਼ਿਵਰਾਜ 855, ਠੀਕ ਹੈ। ਕੰਪਨੀ ਵਾਲੇ ਨਾਲ ਗੱਲਬਾਤ ਕਰ ਲਈ, ਸਾਰੀ ਪੈਸਿਆਂ ਦੀ ਸਾਰੀ ਗੱਲਬਾਤ ਹੋ ਗਈ ਆ। ਹੁਣ ਉਹ ਆਉਂਦੇ ਵੀ ਇੱਕ ਤਾਂ ਆਪਣੇ ਸ਼ਨੀ ਐਤਵਾਰ ਨੂੰ ਹੁੰਦਾ ਹੈ, ਲੋਕਡਾਊਨ ਲੱਗਿਆ ਵਿਆ, ਅਤੇ ਸੋਮਵਾਰ ਤੋਂ ਬਾਅਦ ਜਮ੍ਹਾਂ ਹੀ ਬੰਦ ਹੈ ਸਾਰਾ ਕੁਛ। ਅੱਜ ਉਹ ਕੰਪਨੀ ਵਾਲੇ ਨਾਲ ਗੱਲ ਕਰਨਗੇ, ਉੱਥੋਂ ਪਤਾ ਲੱਗ ਜੂਗਾ ਅਤੇ ਕਿ ਅੱਜ ਟਰੈਕਟਰ ਦੇਣਗੇ ਕਿ ਕੱਲ੍ਹ ਨੂੰ ਟਰੈਕਟਰ ਦੇਣਗੇ, ਠੀਕ ਹੈ ਜੀ। ਅਤੇ ਜੇ ਆਪਾਂ ਨੂੰ ਅੱਜ ਮਿਲਿਆ ਤਾਂ ਅੱਜ ਆਪਾਂ ਟਰੈਕਟਰ ਉੱਥੋਂ ਲੈ ਕੇ, ਗੰਗਾਨਗਰੋਂ ਲੈ ਕੇ ਪਦਮਪੁਰ ਲੈ ਕੇ ਆਉਣਾ, ਫਾਈਬਰ ਵਾਲੀ ਛੱਤਰੀ ਛੁੱਤਰੀ ਫਿੱਟ ਕਰਵਾ ਕੇ ਸ਼ਾਮ ਤੱਕ ਸਾਰਾ ਤਿਆਰ ਕਰਾ ਕੇ ਆਪਾਂ ਪਦਮਪੁਰ ਏਜੰਸੀ 'ਚ ਛੱਡ ਦੇਣਾ, ਕੱਲ੍ਹ ਨੂੰ ਲੈ ਕੇ ਆਉਣਾ। ਕਿਉਂਕਿ ਫਿਰ ਤੁਹਾਨੂੰ ਪਤਾ ਵੀ ਜਿਵੇਂ ਆ ਪੈਂਚਕਾਂ ਚੱਲਦੀਆਂ, ਵੈਸੇ ਆਪਾਂ ਵਿਚਾਰ ਤਾਂ ਨਹੀਂ ਕਰਦੇ ਪਰ ਫਿਰ ਵੀ ਕਰਦੇ, ਕਹਿੰਦੇ ਵੀ ਆਪਾਂ ਪੈਂਚਕਾਂ ਤੋਂ ਬਾਅਦ ਹੀ ਲੈ ਕੇ ਆਉਣਾ, ਅਤੇ ਕੱਲ੍ਹ ਨੂੰ ਪੈਂਚਕਾਂ ਖਤਮ ਹੋ ਜਾਣਗੀਆਂ। ਅਤੇ ਚਲੋ ਚੱਲਦੇ ਹਾਂ, ਲੱਗ ਜੂ ਪਤਾ ਕੀ ਬਣਦਾ, ਠੀਕ ਹੈ ਜੀ। ਅਤੇ ਹੁਣ ਮੈਂ ਆ ਗਿਆ 49 RP, ਉਹ ਪਿੱਛੇ 744 ਹੀ ਜਾਂਦਾ, ਤਾਂ ਹੀ ਮੈਂ ਇੱਕ ਜੀਪ ਤੋਰ ਲਈ ਆ। ਅਤੇ 49 RP ਆ ਗਿਆ ਮੈਂ, ਅਤੇ ਹਣੀ ਨਾਲ ਜਾਊਗਾ, ਹਣੀ ਤਾਂ ਨਾਲ ਜਾਊਗਾ ਹੀ, ਟਰੈਕਟਰ ਲੈਣਾ ਹੀ ਹਣੀ ਨੇ ਆ, ਠੀਕ ਹੈ ਜੀ। ਚਲੋ ਆ ਜਾਓ, ਚੱਲਦੇ ਹਾਂ ਹਣੀ ਕੇ ਘਰੇ, ਅਤੇ ਫਿਰ ਆਪਾਂ ਕਰਦੇ ਹਾਂ ਅੱਗੋਂ ਸ਼ੁਰੂ। ਹਾਂਜੀ, ਆ ਗਏ ਹਾਂ ਪਦਮਪੁਰ, ਅਤੇ ਕੰਪਨੀ ਵਾਲੇ ਨਾਲ ਕੀਤੀ ਹੈ ਗੱਲ, ਉਹਨਾਂ ਦੇ ਪੈਰ ਭਾਰ ਨਹੀਂ ਚੱਲਦੇ, ਆਉਂਦੇ ਵੀ ਲੋਕਡਾਊਨ ਲੱਗਿਆ ਪਿਆ ਜੀ, ਕਿਵੇਂ ਹੈ ਕਿਵੇਂ ਹੈ। ਮੈਂ ਕਿਹਾ ਵੀ ਟਰੈਕਟਰ ਦੇਣਾ ਤਾਂ ਦਿਓ, ਤਾਂ ਨਹੀਂ ਅਸੀਂ ਹੋਰ ਕੰਪਨੀ ਨਾਲ ਗੱਲ ਕਰੀਏ, ਕਹਿੰਦੇ ਪਰ ਆਪਾਂ ਲੈਣਾ 855 ਹੀ ਹੈ। ਅਤੇ ਹੁਣ ਉਹ ਕਹਿੰਦੇ ਵੀ ਆਉਂਦੇ ਹਾਂ ਇੱਥੇ, ਵਾਹਵਾ ਲਾਹ ਭਾਅ ਜੀ ਕੀਤੀ ਹੈ, ਹੁਣ ਆਉਣਗੇ ਇੱਥੇ ਅਤੇ ਫਿਰ ਜਾਂਦੇ ਹਾਂ ਗੰਗਾਨਗਰ, ਦੇਖੋ ਹੋ ਜੇ ਕੀ ਬਣਦਾ। ਆਉਂਦਾ ਭਾਈ ਕੰਪਨੀ ਵਾਲਾ, ਅਸੀਂ ਪਦਮਪੁਰ ਖੜ੍ਹੇ ਹਾਂ, ਫਿਰ ਜਾਂਦੇ ਹਾਂ ਗੰਗਾਨਗਰ ਅਤੇ ਦੇਖਦੇ ਹਾਂ ਕੀ ਬਣਦਾ। ਐਕਸਾਈਟਮੈਂਟ ਜੀ ਬਾਹਲੀ ਹੈ, ਕਿਉਂਕਿ ਲੋਕਡਾਊਨ ਕਰਕੇ ਵਿੱਚ ਕੰਮ ਹੋਰ ਹੀ ਕੰਮ ਹੈ ਨਾ, ਗੋਲਮੋਲ ਹੋਈ ਜਾਂਦੇ ਆ, ਇੱਕ ਜਾਣੇ ਘੱਟ ਨੇ ਜਾਣਾ, ਫਿਰ ਅਸੀਂ ਸੀਗੇ ਦੋਵੇਂ ਸਿਆਣੇ, ਫਿਰ ਇਸ ਕਿਹਾ ਵੀ ਚੱਲ ਅਸੀਂ ਹੋਈ ਜਾਂਦੇ ਹਾਂ, ਇੱਕ ਉਹਨੂੰ ਪਾ ਦਾਂਗੇ ਪਿੱਛੇ ਹੌਲੀ ਕਿਤੇ ਲੁਕੋ ਗਏ ਜੀ। ਠੀਕ ਹੈ ਜੀ, ਚਲੋ ਮਿਲਦੇ ਹਾਂ ਗੰਗਾਨਗਰ ਜਾ ਕੇ। ਲਓ ਜੀ, ਪਹੁੰਚ ਗਏ ਸ਼੍ਰੀ ਗੰਗਾਨਗਰ, ਅਤੇ ਹੁਣ ਇੱਥੋਂ ਆਪਾਂ ਟਰੈਕਟਰ ਪਸੰਦ ਕਰਕੇ ਬਾਹਰ ਕੱਢਦੇ ਹਾਂ, ਅਤੇ ਫਿਰ ਮਿਲਦੇ ਹਾਂ ਤੁਹਾਨੂੰ ਬਾਹਰ ਕੱਢ ਕੇ। ਹਾਂਜੀ, ਸੋ ਬਾਬੇ ਦੀ ਮਿਹਰ ਨਾਲ ਟਰੈਕਟਰ ਆਪਾਂ ਲੈ ਲਿਆ ਆ, ਠੀਕ ਹੈ। ਹੁਣ ਆਪਾਂ ਇੱਥੋਂ ਲੈ ਕੇ ਚੱਲਦੇ ਹਾਂ ਪਦਮਪੁਰ, ਠੀਕ ਹੈ। ਇਹ ਬਾਈ ਹੁਣੀ ਆਉਂਦੇ ਆ ਜੀਪ 'ਤੇ, ਬੰਪਰ ਇਹਦਾ ਨਹੀਂ ਮਿਲਿਆ, ਬੰਪਰ ਇਹ ਬੰਪਰ ਲੈ ਕੇ ਆਉਣਗੇ ਆਪਣੇ ਇੱਥੇ ਨਾਲ ਹੀ, ਇਹਨਾਂ ਦੀ ਹੈਗੀ ਆ ਫੈਕਟਰੀ, ਉਹ ਆਉਂਦੇ ਵੀ ਤੁਹਾਨੂੰ 2-2.5 ਵਜੇ ਤੋਂ ਬਾਅਦ ਬੰਪਰ ਮਿਲੂਗਾ। ਸੋ ਮੈਂ ਉਹਨੇ ਚੱਲਦਾ ਟਰੈਕਟਰ ਲੈ ਕੇ, ਇਹ ਆਉਂਦੇ ਆ ਜੀਪ 'ਤੇ, ਠੀਕ ਹੈ ਜੀ। ਚਲੋ ਪਹਿਲਾਂ ਆਪਾਂ ਪੰਪ 'ਤੇ ਜਾ ਕੇ ਤੇਲ ਪਵਾਈਏ, ਠੀਕ ਹੈ ਜੀ। ਹਣੀ ਵਧਾਈਆਂ ਬਾਈ ਤੈਨੂੰ। ਲਓ ਜੀ, ਉਹ ਟਰੈਕਟਰ ਆਪਾਂ ਕੱਲ੍ਹ ਕੰਪਨੀ ਛੱਡਤਾ ਸੀਗਾ, ਅਤੇ ਹੁਣ ਅਗਲਾ ਦਿਨ ਹੋ ਗਿਆ, ਹੁਣ ਆਪਾਂ ਇਹਨੂੰ ਏਜੰਸੀ 'ਚ ਛੱਡ ਕੇ ਅਤੇ ਫਿਰ ਆਪਾਂ ਉਹਦੇ ਉੱਤੇ ਛਤਰੀ ਛੁਤਰੀ ਅਤੇ ਬੰਪਰ ਵਗੈਰਾ ਸਾਰਾ ਕੁਛ ਫਿੱਟ ਕਰਵਾਉਂਦੇ ਹਾਂ। ਲਓ ਜੀ,
ਟਰੈਕਟਰ ਆਪਾਂ ਅਤੇ ਛੱਤਰੀ ਸਾਰਾ ਸਮਾਨ ਮਿਸਤਰੀ ਕੋਲ ਛੱਡਤਾ। ਆਹ ਦੇਖੋ ਤੁਸੀਂ ਦੁਕਾਨਾਂ ਸਾਰੀਆਂ ਹੀ ਬੰਦ ਹੈ। ਹੁਣ ਆਪਾਂ ਨੂੰ ਉਹ ਛੱਤਰੀ ਵਾਲੀ ਫਾਈਬਰ 'ਤੇ ਨਾ ਰੰਗ ਕਰਨਾ ਪੈਂਦਾ ਹੁੰਦਾ। ਹੁਣ ਆਪਾਂ ਉਹ ਰੰਗ ਲੈਣਾ ਐਵੇਂ ਆ, ਹੁਣ ਆਪਾਂ ਇਹਨੂੰ ਆਪਾਂ ਕੀਤਾ ਫੋਨ ਸ਼ੋਪ ਵਾਲੇ ਨੂੰ, ਆਪਣਾ ਜਾਣਕਾਰੀ ਹੈ ਅਤੇ ਆਈ ਜਾਂਦਾ ਉਹ, ਅਤੇ ਫਿਰ ਰੰਗ ਲੈ ਕੇ ਅਤੇ ਆਪਾਂ ਚੱਲਦੇ ਹਾਂ ਜੀ। ਠੀਕ ਹੈ, ਇੱਕ ਮਿੰਟ ਫੋਨ ਆ। ਅਤੇ ਹਾਂਜੀ, ਅਤੇ ਬਸ ਰੰਗ ਲੈ ਕੇ ਫਿਰ ਆਪਾਂ ਚੱਲਦੇ ਹਾਂ, ਉੱਥੇ ਤੁਹਾਨੂੰ ਦਿਖਾਉਂਦੇ ਹਾਂ ਛੱਤਰੀ ਫਿੱਟ ਕਰੀ ਜਾਂਦੇ ਆ। ਠੀਕ ਹੈ ਜੀ, ਲਓ ਜੀ ਲਗਭਗ ਟਰੈਕਟਰ ਸਾਰਾ ਤਿਆਰ ਹੋ ਚੁੱਕਿਆ, ਬਸ ਥੋੜ੍ਹਾ ਮੋਟਾ ਕੰਮ ਜਿਹਾ ਰਹਿ ਗਿਆ। ਉਹ ਨਾ ਫਿਰ ਹੁਣ ਲੋਕਡਾਊਨ ਕਰਕੇ ਦੁਕਾਨਾਂ ਬੰਦ ਹੋ ਗਈਆਂ, ਉਹ ਆਪਾਂ ਕੱਲ੍ਹ ਨੂੰ ਸੁਬਹਾ ਟਾਈਮ ਨਾਲ ਲਾ ਕੇ ਕੰਮ ਕਰਵਾ ਕੇ ਅਤੇ ਨਾਲ ਨਾਲੇ ਅੰਕਲ ਹੋਣਗੇ ਟਰੈਕਟਰ ਆਪਾਂ ਘਰੇ ਲੈ ਜਾਵਾਂਗੇ। ਹਾਂਜੀ, ਹਾਲਾ ਅਗਲਾ ਦਿਨ ਹੋ ਗਿਆ ਜੀ, ਵੀਡੀਓ ਸਟਾਰਟ ਕੀਤੀ ਹੈ ਆਪਾਂ ਪਰਸੋਂ ਦੀ। ਤੁਸੀਂ ਪਹਿਲਾਂ ਕਦੀ ਐਵੇਂ ਦੀ ਵੀਡੀਓ ਦੇਖੀ ਹੋਊਗੀ ਕਿ ਬਈ ਬੰਦਾ ਸਾਧਨ ਲੈਣ ਗਿਆ ਅਤੇ ਤਿੰਨ ਤਿੰਨ ਦਿਨ ਦੀ ਵੀਡੀਓ ਚੱਲਦੀ ਹੋਵੇ, ਤਿੰਨ ਤਿੰਨ ਦਿਨ ਦਾ ਪ੍ਰੋਸੀਜਰ। ਆਪਾਂ ਪਰਸੋਂ ਟਰੈਕਟਰ ਲਿਆਂਦਾ ਪਦਮਪੁਰ, ਕੱਲ੍ਹ ਸਾਰਾ ਟਰੈਕਟਰ ਤਿਆਰ ਕਰਵਾ ਕੇ ਧੋ ਕੇ ਜਮ੍ਹਾਂ ਤਿਆਰ ਕਰਕੇ ਠਾਲਤਾ। ਅੱਜ ਹੁਣ ਜਾਂਦੇ ਹਾਂ ਜੀ ਟਰੈਕਟਰ ਲੈਣ। ਠੀਕ ਹੈ, ਮੈਂ ਰਾਤ 9 ਵਜੇ ਆਇਆ ਸੀਗਾ ਘਰੇ, ਵਾਹਵਾ ਟਾਈਮ ਹੋ ਗਿਆ ਸੀਗਾ ਮੈਨੂੰ, ਅਤੇ ਬਸ ਹੁਣ ਮੈਂ ਜਾਣ ਲੱਗਦਾ 49 ਚ, ਤੇ ਉਥੋਂ ਫਿਰ ਆਪਾਂ ਸਾਰੇ ਜਾਣੇ ਚੱਲਦੇ ਆ ਪਦਮਪੁਰ ਟਰੈਕਟਰ ਲੈਣ। ਠੀਕ ਹੈ ਜੀ, ਸੋ ਇੱਕ ਲਾਈਕ ਤਾਂ ਬਣਦਾ ਹੀ ਹੈ ਤੇ ਵੀਡੀਓ ਚ ਦਿਓ ਫਿਰ ਸਾਨੂੰ ਵਧਾਈਆਂ, ਕਰਿਓ ਮੈਸੇਜ। ਠੀਕ ਹੈ ਜੀ, ਚਲੋ ਜੀ ਚੱਲਦੇ ਆ ਜੀ। ਹਾਂਜੀ, ਟਰੈਕਟਰ ਲੈ ਕੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਹਾਂ ਅਤੇ ਬਾਬਾ ਜੀ ਅਰਦਾਸ ਬੇਨਤੀ ਕਰੀ ਜਾਂਦੇ ਆ, ਉਦੋਂ ਬਾਅਦ ਫਿਰ ਆਪਾਂ ਟਰੈਕਟਰ ਘਰ ਲੈ ਕੇ ਚੱਲਾਂਗੇ। ਠੀਕ ਹੈ ਜੀ, ਚਲੋ ਜੀ, ਵਾਹਿਗੁਰੂ। ਆਤਮ ਜਿਨੈ ਸਗਲ ਵਸ ਪਾਕਾ, ਜਾਕਾ ਸਤਿਗੁਰ ਪੂਰਾ, ਜਾਕੋ ਹਰ ਰੰਗ ਲਾਗੋ ਇਸ ਜੁਗ ਮਹਿ। ਗੁਰੂ ਮਹਾਰਾਜ ਦੀ ਮਿਹਰ ਨਾਲ ਅਤੇ ਤੁਹਾਡੇ ਸਾਰਿਆਂ ਦੇ ਪਿਆਰ ਸਦਕਾ ਆਪਣਾ ਨਵਾਂ ਟਰੈਕਟਰ 855 ਘਰੇ ਪਹੁੰਚ ਗਿਆ। ਠੀਕ ਹੈ ਜੀ, ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ। ਲਓ ਜੀ, ਠੀਕ ਹੈ ਜੀ, ਫਿਰ ਟਰੈਕਟਰ ਲੈ ਕੇ ਆ ਗਏ ਸੀ ਘਰੇ। ਹੁਣ
चुंजू लेके आ गए हैं खेत। चल भाई अगे तो चलते हैं खेत से, लगते हैं जी बहुत ठीक है जी। तो देखियो जी, करो वीडियो इंजॉय। लो जी आ गुरुद्वारे वाली जमीन सी 5 किले, ये वाहती थोड़ी जी रह गया तो कुछ मैं वाहती हूँ लग्या हनी वाहन। लो जी पहले हाई च चलता है 7 चुंजू लैके, तो पहले हाई च ऐ वधिया भज्जा ही फिरदा जी लैके। आता वाहता तो हुण देखदे आ होर किसी वाहन च होने आ। एक ना पराली जी थोड़ी जी अड़दी सी इहदे विच गूणा जिहा, उहदे करके किते किते कट लगदा, बाकी उवें वधिया चल रिहा। हाँ जी, वह आप 5 किले वाहते है तो हूँ घर आ गए नहा के, तो हूँ करते हैं रेस्ट, तो फिर शाम को देखते हैं कि बनते हैं। बाकी आज दी बस मेरी आ वीडियो इतों तक ही सी, हूँ मिलते हैं थोनू किसी अगली नवी वीडियो दे विच। बहुत बहुत धन्यवाद जी थोड़ा मेरी वीडियो देखने लई, ते दिओ बाई नू कमेंटां च वधाइयां। ठीक है जी, थैंक यू जी, बाय।